अस्सलाम वालेकुम दोस्तों, तुम वेख रहे हो एतमाद टीवी। तो मैं थोड़ा दोस्त मोहम्मद आसिफ। दोस्तों थोड़े वास्ते लैके आए माशाल्लाह सोहनी मज ते कैमरामैन मज विखांदा, फिर आप मालिक नाल गल करने। छोड़ो मैं शौक है मैं भी नैट जावन का मैं शौक रखना। अच्छा निके मज कितना सवेरे ਕਿਲੋ ਸਾਰੀ ਤਿੰਨ ਥਣ ਚੋਕ ਬੱਚੇ ਨੇ ਕਿਹੜਾ ਅਗਲਾ ਅਗਲਾ ਥਣ ਚੋਕ ਬੱਚੇ ਤੇ ਸਾਰੀ ਚੋਇਆ ਕਿਤਨਾ ਹੋ ਜਾਂਦਾ ਸਾਰੀ ਚੋਇਆ 17-18 ਕਿਲੋ ਹਾਂ ਇੱਕ ਕਿਲੋ ਨਾ 16 ਕਿਲੋ ਹੋ ਜਾਂਦਾ 16 ਕਿਲੋ ਹਾਂ
ਅੱਛਾ 16 ਕਿਲੋ ਹੋ ਜਾਂਦਾ ਪੱਕਾ 16 ਕਿਲੋ ਹੋ ਜਾਂਦਾ ਪੱਕਾ ਅੱਛਾ ਹੁਣ ਇਹ ਦੱਸ ਵੀ ਪੈਸੇ ਕਿੰਨੇ ਲੈਣੇ ਨੇ 2.5 ਲੱਖ 2.5 ਲੱਖ ਰੁਪਈਆ ਹਾਂਜੀ ਉਹ ਘਣਾ ਮੰਗਿਆ ਨਹੀਂ ਨਹੀਂ ਕੋ ਨਹੀਂ ਨਹੀਂ ਘਣੇ ਮੰਗੀ ਕਣਾ ਯਾਰ ਨਹੀਂ ਥੋੜਾ ਜਿਹਾ ਗਾਟ ਪਾ ਤੂੰ ਤਾਂ ਨਿੱਕਾ ਤੇ ਨਾ ਚੁੱਕ ਗਾਟ ਕਰਨਾ ਚਾਹੀਦਾ ਨਹੀਂ ਹਾਂ ਤੂੰ ਨਾ ਚੱਪੇ ਨਾ ਗਾਟ ਕਰ ਤੂੰ ਨਿੱਕਾ ਗਾਟ ਕਰ ਯਾਰ ਨਹੀਂ ਗਾਟ ਨਹੀਂ ਅੱਬੂ ਸਮਝਾਇਆ ਵੀ ਇਤਨੇ ਪੈਸੇ ਨੇ ਅੱਛਾ ਮੈਂ ਨਾ ਗਾਟ ਕਰ ਚਲੋ ਥੋੜੀ ਵਾਸਤੇ 5000 5000 5000 ਨਾਲ ਤੂੰ ਗੱਲ ਮਾ 2.5 ਲੱਖ ਕਿੱਥੇ 5000 ਕਿੱਥੇ ਨਾ ਯਾਰ ਛੱਡ ਚਲੋ 5 ਹੋਰ 5 ਹੋਰ ਹੋਰ ਛੱਡ ਇਹ ਤਾਂ ਕੁਝ ਨਹੀਂ ਥੋੜੇ ਜਿਹੇ ਛੱਡ ਤਰੇ ਚਾਹ ਵਾਰ ਬੰਦਾ ਛੱਡੇ ਤਾਂ ਮੋੜ ਸਹੀ ਰਹਿੰਦਾ ਚਲੋ 35 ਅੱਛਾ ਹਾਂ ਇਹ ਤੂੰ ਘਟ ਨਹੀਂ ਮੈਂ ਤਾਂ ਨਾ ਕਰ ਲਾ ਹੋਰ ਨਾ ਇਹ ਤੂੰ ਘਟ ਨਹੀਂ ਕਿਉਂ ਯਾਰ ਇੱਕ ਹੋਰ ਮਾਰ ਛਾ ਨਾ ਇਸ ਤੂੰ ਘਟ ਨਹੀਂ ਦੋ ਦੋਂ ਤੇ ਉਹ ਚਵਾ ਛਵਾ ਠੀਕ ਹੈ ਚਵਾ ਬਹੁਤ ਫਵਾਰਾ ਸ਼ਵਾਰਾ ਤਰ ਨਹੀਂ ਮਰੇ ਨਹੀਂ ਅੱਛਾ ਤੇ ਆ ਜਿਹੜਾ ਨਿਸ਼ਾਨ ਇਹਦਾ ਇਹ ਕਿਸ ਤੋਂ ਬਣਿਆ ਇਹ ਨੂਰ ਸ਼ਾਹ ਚ ਮੈਂ ਲੈਂਦੀ ਅੱਛਾ ਨੂਰ ਸ਼ਾਹ ਦੇ ਨਿਸ਼ਾਨ ਉਹਨਾਂ ਨੇ ਇਸ ਤਰ੍ਹਾਂ ਲੈਂਦੇ ਸਾਰਿਆਂ ਨੂੰ ਨੁਕਸ ਨੁਕਸ ਤਾਂ ਕੋਈ ਨਹੀਂ ਹੁੰਦਾ ਨਹੀਂ ਨਹੀਂ ਉਹ ਤੂੰ ਦੀ ਪਛਾਣ ਹੈ ਅੱਛਾ ਅੱਛਾ ਨੂਰ ਸ਼ਾਹ ਦੀ ਪਛਾਣ ਹੈ ਨਸਲੀ ਮੱਝਾਂ ਦੀ ਹਾਂ ਨਸਲ ਚਲੋ ਠੀਕ ਹੈ ਦੋਸਤੋ ਤੁਹਾਨੂੰ ਦੱਸ ਦਿੱਤਾ ਵੀ ਜੋਗ ਦਿੱਤੇ ਤਹਿਸੀਲ ਤਾਨਲਾ ਵਾਲਾ ਜ਼ਿਲ੍ਹਾ ਫੈਸਲਾਬਾਦ ਜਿੱਥੇ ਮੱਝ ਖਲੀ ਦੂਜੇ ਸੂਏ ਦੀ ਮੱਝ ਹੈ ਥੱਲੇ ਕੱਟਾ ਇਸ ਪੱਛੀਆਂ ਕਦਿਆਂ ਦੀ ਸੂਈ ਹੋਈ ਹੈ ਤਿੰਨ ਥਣ ਚਾਹੁੰਦੇ ਨੇ ਤੇ 14 ਲੀਟਰ ਦੁੱਧ ਪੱਕਾ ਦੁੱਧ ਦੇ ਦਿੰਦੇ ਵਾਲੇ ਸਾਹਿਬ ਵੀ ਦੱਸਦੇ ਪੈਣ ਵੀ ਪੱਕਾ ਦੁੱਧ ਅਗਰ ਕੋਈ ਮਿਲਣਾ ਚਾਹਵੇ ਤਾਂ ਇਨਸ਼ਾਅੱਲਾ ਅਸੀਂ ਚੁਆ ਕੇ ਦਿਸਾਂ 14 ਲੀਟਰ ਨਾ ਹੋਵੇ ਦੋਵਾਂ ਟਾਈਮਾਂ ਦਾ ਤਾਂ ਅਸੀਂ ਜੁਰਮ ਵਾਰ ਹਾਂ ਅਤੇ 2,35,000 ਰੁਪਈਆ ਜਿਹਨਾਂ ਫਾਈਨਲ ਕਿਹਾ ਮਾਸ਼ਾਅੱਲਾ ਸੋਹਣੀ ਮੱਝ ਕਾਲੀਆਂ ਅੱਖਾਂ ਇਸ ਸਿੰਘ ਚੂਰ ਕੁੰਡ ਇਸ ਐਡੇ ਘਣੇ ਵੱਡੇ ਨੇ ਜਿਤਨਾ ਤਾਂ ਮੱਝ ਤਾਂ ਬਹੁਤ ਹੈਗਾ ਨਾ ਉਸ ਬਰਾਬਰ ਰਹਿਣ ਬੜੇ ਸੋਹਣੇ ਲੱਗਦੇ ਨੇ ਅਤੇ ਸੋਹਣਾ ਵਾਨਾ ਇਸ ਉੱਤੇ ਜਿਹੜਾ ਦੋਸਤੋ ਵਾਨਾ ਨਾ ਗਦਰਾ ਥੋੜ੍ਹਾ ਚਿੱਟਾ ਇਹ ਤੁਹਾਨੂੰ ਦੱਸ ਦੇਵਾਂ ਕਿ ਕੁਦਰਤੀ ਹੈ ਅਤੇ ਬੜਾ ਸੋਹਣਾ ਲੱਗਦਾ ਪਿਆ ਕਈ ਦੋਸਤ ਹੁੰਦੇ ਨੇ ਨਾ ਵੀ ਆਲੀ ਲੜ ਗਈ ਜਾਂ ਇਹਨੂੰ ਐਲਰਜੀ ਉਹ ਗੱਲ ਕਹਿ ਨਹੀਂ ਕੁਦਰਤੀ ਬਣਿਆ ਹੋਇਆ ਤਾਂ ਸੋਹਣਾ ਲੱਗਦਾ ਮਾਸ਼ਾਅੱਲਾ ਦੋਵਾਂ ਸਾਈਡਾਂ ਤੋਂ ਚਿੱਟਿਆ ਇਸ ਮੁੱਠੀ ਬਾਰ ਥਾਣ ਛੋਟੇ ਛੋਟੇ ਚੁਆ ਬੜਾ ਸੋਹਣਾ ਇਸ ਵਾਨਾ ਸੋਹਣਾ ਇਸ ਦੋਸਤੋ ਤੁਸੀਂ ਪਸੰਦ ਕਰੋ ਪਸੰਦ ਕਰਕੇ ਖਰੀਦ ਸਕਦੇ ਹੋ ਦੋਸਤੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਵਾਂ ਨੂੰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਦੇ ਖੁਦਾ ਹਾਫਿਜ਼।